ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਦ ਕਲੈਨਾ ਕੰਸਟਰਕਸ਼ਨ ਦੇ ਬੋਲਣ ਜਾ ਰਹੇ ਹਾਂ। ਵਿਦੇਸ਼ਾਂ 'ਚ ਰਹਿੰਦੇ ਵੀਰ ਮੇਰੇ ਗੱਲ ਕਰਦੇ ਸਦਾ ਟਰੱਕਾਂ ਦੀ, ਦੂਜੇ ਪਾਸੇ ਕੰਸਟਰਕਸ਼ਨ ਵਾਲੇ ਵੀ ਖਾਂਦੇ ਰੋਟੀ ਹੱਕਾਂ ਦੀ। ਕੰਮ ਵੱਡਾ ਛੋਟਾ ਨਹੀਂ ਹੁੰਦਾ ਪਰ ਕਹਿੰਦੇ ਹੌਲਾ ਪਾਰਾ ਜ਼ਰੂਰ ਹੁੰਦਾ। ਕਾਲੇ ਬਲਦ ਵਾਂਗੂ ਕਮਾਈ ਕਰਨੀ ਪੈਂਦੀ ਹੈ ਜਦੋਂ ਬੰਦਾ ਨਿਊਯਾਰਕ 'ਚ ਮਜ਼ਬੂਰ ਹੁੰਦਾ। ਉਹ ਚੱਪੇ ਚੱਪੇ ਦੇ ਭੇਤੀਆਂ ਵੱਡੀਆਂ ਬਿਲਡਿੰਗਾਂ ਨਾਲ ਯਾਰੀਆਂ ਨੇ, ਪਿੰਡਾਂ ਦੇ ਪਿੰਡ ਵਸਾਦੇ ਜਿਹਨੇ ਕੰਸਟਰਕਸ਼ਨ 'ਚ ਮੱਲਾਂ ਮਾਰੀਆਂ ਨੇ। 27ਵੀਂ ਫਲੋਰ ਤੋਂ ਬੰਦਾ ਰੱਸੇ ਨਾਲ ਲਮਕਦਾ ਡੋਲ ਜੇ, ਕੀ ਮਜਾਲ ਆ। ਥੱਲੇ ਫਿਰਦੀ ਜਨਤਾ ਇੱਕੋ ਗੱਲ ਕਹਿੰਦੀ, ਆਹ ਤਾਂ ਬਾਈ ਕਮਾਲ ਆ। ਜਦੋਂ 96 ਦੇ ਟੈਂਪਰੇਚਰ 'ਤੇ ਟਾਰਚ ਚੱਲਦੀ ਆ ਰੂਫ 'ਤੇ, ਚੰਗੇ ਭਲੇ ਦੀ ਸ਼ਕਲ ਆਉਂ ਹੈ ਜਿਵੇਂ ਅੰਬ ਸੁੱਟਿਆ ਹੁੰਦਾ ਰੂੜੀ 'ਤੇ ਚੂਪ ਕੇ। ਉਹ ਪੱਟਾਂ ਦੇ ਜ਼ੋਰ ਨਾਲ ਚੱਲੇ ਵੀਲਵਾਰਾ, ਮਰੂਦਾਂ ਵਾਲੀ ਰੇਹੜੀ ਵਾਂਗੂ ਧੱਕੀ ਜਾਂਦੇ, ਕੀ ਕਰਨਾ ਕੈਟਰ ਪਿਲਰ ਦਾ, ਇੱਥੇ ਬੰਦੇ ਹੀ ਮਿੱਟੀ ਪੱਟੀ ਜਾਂਦੇ। ਸੁਣਿਆ ਜੱਸਾ ਵੀ ਬੰਦਾ ਕੰਪਨੀ ਦਾ ਮੇਨ ਆ, ਕਹਿੰਦਾ ਜਦੋਂ 32 ਫੁੱਟ ਸਕਾਫਲ 'ਤੇ ਚੜ੍ਹਦਾ ਐਂ ਲੱਗਦਾ ਜਿਵੇਂ ਐਰੋਪਲੇਨ ਹੈ। ਬੂਥਾ ਤਾਂ ਨੂੰ ਚੱਕ ਨਹੀਂ ਤੱਕ ਹੁੰਦਾ, ਉਹਨਾਂ ਉੱਚੀਆਂ ਬਿਲਡਿੰਗਾਂ ਉੱਤੇ ਹੀ ਦੜੇ ਹੁੰਦੇ ਆ। ਬੂਥਾ ਤਾਂ ਨੂੰ ਚੱਕ ਨਹੀਂ ਤੱਕ ਹੁੰਦਾ, ਉਹਨਾਂ ਉੱਚੀਆਂ ਬਿਲਡਿੰਗਾਂ ਉੱਤੇ ਹੀ ਦੜੇ ਹੁੰਦੇ ਆ। ਪੈਰਾ ਪਟਵਾਲ 'ਤੇ ਤਾਂ ਹੀ ਇਉਂ ਖੜ੍ਹ ਜਾਏਦਾ ਜਿਵੇਂ ਬਰਸੀਨ ਵਾਲੀ ਵੱਟ 'ਤੇ ਚੜ੍ਹੇ ਹੁੰਦੇ ਆ। ਉਹ ਗੱਡੀਆਂ ਭਰ ਕੇ ਨਿਕਲ ਜਾਏਦਾ ਮੂੰਹ ਨੇਰੇ ਮਕਲਾਵਾ ਲੈਣ ਗਈ ਜੰਨ ਵਾਂਗੂ, ਕਹਿੰਦਾ ਹੈਕ ਦੇ ਜ਼ੋਰ ਨਾਲ ਚੱਲੇ ਜੈਕ ਹੈਮਰ ਜਿਉਂ ਕਾਰਗਿਲ 'ਚ ਮਸ਼ੀਨ ਗੰਨ ਵਾਂਗੂ। ਠੰਡ ਸਾਡੇ ਲਾਗੇ ਤਾਗੇ ਨਹੀਂ, ਹੈਂਸੀ ਦੇ ਨਾਲ ਨੂੰ ਖਾਈ ਦਾ ਡਰਾਈ ਫਰੂਟ ਆ। ਜਿੱਦੇ -10 ਡਿਗਰੀ ਹੋਵੇ ਸਾਡੇ ਵਾਲੇ ਕਹਿੰਦੇ ਅੱਜ ਮੌਸਮ ਵਾਹਵਾ ਹੀ ਸੂਤ ਆ। ਉਹ ਰਾਤ ਨੂੰ 2 ਵਜੇ ਡੱਕ ਕੇ ਸੌਈਏ, ਸਵੇਰ ਨੂੰ ਕੰਮ ਦਾ ਦਾਣੇ 'ਤੇ, ਪਰ ਮੁੰਡਾ ਦੀ ਕਦੇ ਪਰਵਾਹ ਨਹੀਂ ਕਰੀਦੀ, ਕੰਮ ਸਿੱਟਦੀ ਰੱਬ ਦੇ ਭਾਣੇ 'ਤੇ। ਟਿੰਬਰਲੈਂਡ ਦੇ ਬੂਟ ਸਾਡੇ ਚਿੱਟੇ ਟੋਪੇ 'ਤੇ ਸੰਤਰੀ ਝੱਗੇ ਨੇ। ਡਰਾਈਵਰ ਵੀਰ ਸੜਕਾਂ 'ਤੇ ਜਾਂਦੇ ਕਹਿੰਦੇ ਆ ਉਹ ਦੇਖ ਓਏ ਇਹ ਤਾਂ ਸਨੋਅ 'ਚ ਵੀ ਲੱਗੇ ਨੇ, 18-20 ਯਾਰਡ ਕੰਕਰੀਟ ਪਾਉਣੀ ਪੈ ਜੇ ਚੰਗੇ ਭਲੇ ਦੀ ਨਿਕਲਦੀ ਚੀਕ ਹੈ। ਫਿਰ ਬੰਦਾ ਬੇਲਚਾ ਚਲਾਉਂਦਾ ਇੱਕ ਗੱਲ ਕਹਿੰਦਾ, ਆਹ ਮਰਨ ਵਾਲਾ ਤਾਂ ਯਾਰ ਟਰੱਕ ਚਲਾਉਣਾ ਹੀ ਠੀਕ ਹੈ ਯਾਰ, ਪੱਕਾ ਸਾਡਾ ਮਿੰਟੂ ਘਨੌਰ ਵਾਲਾ, ਕੀ ਰੀਸ ਕਰੂ ਉਹਦੀ ਬਲਦ ਨਗੌਰ ਵਾਲਾ, ਜਿਹੜੇ ਕੰਮ ਨੂੰ ਹੱਥ ਪਾਉਂਦਾ ਫਤਿਹ ਕਰਕੇ ਆਵੇ। ਹਲਕਾ ਜਿਹਾ ਟੱਚ ਹਰਿਆਣੇ ਦਾ ਵੀ ਦਿੰਦਾ, ਕਹਿੰਦਾ ਵੀ ਯੂੰ ਨਾ ਜਾਵੇ, ਖੁੱਲ੍ਹਾ ਖਾਈਦਾ, ਦੱਬ ਕੇ ਵਾਹੀਦਾ, ਤਾਂ ਹੀ ਤਰੱਕੀ ਨੇ ਪੈਰ ਸਾਡੇ ਚੁੰਮੇ ਆ। ਬਹੁਤਾ ਮਰੂ ਅਸੀਂ ਕਰੀਦਾ ਨਹੀਂ ਕਿਉਂਕਿ ਬਰਨਾਲੇ ਵਾਲੇ ਹੁੰਦੇ ਹਾਂ, ਕਿਉਂਕਿ ਬਰਨਾਲੇ ਵਾਲੇ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।